ਅੱਜ ਕੱਲ ਦੀ ਯੰਗ ਜਨਰੇਸ਼ਨ ਪੋਰਨੋਗ੍ਰਾਫੀ ਮਾਸਟਿਬੇਸ਼ਨ ਤੋਂ ਇਲਾਵਾ ਐਲਕੋਹਲ ਰੀਕ੍ਰੀਏਸ਼ਨਲ ਡਰੱਗਸ ਸਿਗੈਰੋ ਤਮਾਕੂ ਆਦਿ ਜੋ ਚੀਜ਼ਾਂ ਨਾਲ ਜ਼ਿਆਦਾ ਸੇਵਨ ਕਰਦੀ ਹੈ ਜਿਸ ਕਰਕੇ ਉਹਨਾਂ ਦਾ ਸੈਕਸੂਅਲ ਪੋਟੈਂਸ਼ੀਅਲ ਡੇ ਬਾਏ ਡੇ ਕੱਟ ਹੋ ਰਿਹਾ ਮੇਰੇ ਕੋਲ ਆਉਣ ਵਾਲੇ ਜਿਹੜੇ ਮਰੀਜ਼ ਆ ਉਹਨਾਂ ਵਿੱਚੋਂ 90% ਜਿਹੜੇ ਪੇਸ਼ੈਂਟਸ ਹੈਗੇ ਆ ਉਹ ਯੰਗ ਹੈਗੇ ਉਹਨਾਂ ਦੀ ਉਮਰ 30 ਸਾਲ ਤੋਂ ਵੀ ਘੱਟ ਹੈ ਇਸ ਕਰਕੇ ਮੇਰੀ ਇਹ ਰਿਕਵੈਸਟ ਹੈ ਕਿ ਅਗਰ ਤੁਸੀਂ ਇਹਨਾਂ ਚੀਜ਼ਾਂ 'ਚ ਇਨਵੋਲ ਹੋ ਤੇ ਪਲੀਜ਼ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਇਹਨਾਂ ਚੀਜ਼ਾਂ ਨੂੰ ਪ੍ਰੈਕਟਾਈਜ਼ ਨਾ ਕਰੋ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਚਾਹੋ ਤੇ ਇੱਕ ਪਿਊਬੋਕਸਿਜਸ ਮਸਲ ਐਕਸਰਸਾਈਜ਼ ਹੁੰਦੀਆਂ ਜਾਂ ਸਟਾਰਟ ਸਟਾਪ ਟੈਕਨੀਕ ਐਕਸਰਸਾਈਜ਼ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਪ੍ਰੈਕਟਾਈਜ਼ ਕਰਕੇ ਆਪਣੀ ਸੈਕਸਚੁਅਲ ਪੋਟੈਂਸ਼ੀਅਲ ਨੂੰ ਕਾਮਯਾਬ ਜਾਂ ਬਿਹਤਰ ਬਣਾ ਸਕਦੇ ਹੋ